ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ। ਸੁਣਿਓ ਹਾਂ ਕੀ ਕਰਦੇ ਹੋ? ਉਹ ਮੈਂ ਤਾਂ ਕੰਮ ਤੇ ਚੱਲਿਆ ਸੀਗਾ, ਜ਼ਰੂਰੀ ਕੰਮ ਹੈ, ਫੋਨ ਆਇਆ। ਕਿਉਂ, ਕੀ ਹੋ ਗਿਆ? ਮੰਮੀ ਦਾ ਫੋਨ ਆਇਆ ਸੀ ਪਿੰਡੋਂ ਨਿੱਕੀ ਨੂੰ ਜਾ ਕੇ ਬੱਸ ਸਟੈਂਡ ਤੋਂ ਲਿਆਓ, ਉਹਨੇ ਆਈਲੈਟਸ ਕਰਨੀ ਹੈ, ਰੋਜ਼ ਪਿੰਡ ਤੋਂ ਆਣਾ ਜਾਣਾ ਔਖਾ ਹੋ ਜਾਂਦਾ, ਹੁਣ ਆਪਣੇ ਨਾਲ ਹੀ ਰਹੂਗਾ ਇੱਕ ਮਹੀਨਾ, ਜਾਓ ਲੈ ਆਉ ਜਾ ਕੇ। ਅੱਛਾ, ਉਹ ਲੈ ਪਹਿਲਾਂ ਕਿਉਂ ਨੀ ਦੱਸਿਆ ਤੈਨੂੰ ਵੀ ਮੇਰੀ ਸਾਲੀ ਸਾਹਿਬਾ ਆ ਰਹੀ ਹੈ? ਮੈਂ ਚੰਗੀ ਟੋਰ ਸ਼ੋਰ ਕੱਢ ਕੇ ਰੱਖਦਾ ਯਾਰ, ਚੱਲ ਕੰਮ ਤਾਂ ਬਾਅਦ ਵੀ ਹੋ ਜਾਣਗੇ, ਪਹਿਲਾਂ ਸਾਲੀ ਸਾਹਿਬਾ ਨੂੰ ਲਿਆਉਣਾ ਮੈਂ। ਤੁਸੀਂ ਵੀ ਨਾ ਭਗਵਾਨ ਨੇ ਚਾਹ ਤਾਂ ਲਿਆ ਦੇ। ਜੀਜੂ ਮੈਂ ਲੈ ਕੇ ਆਨੀ ਆ ਤੁਹਾਡੇ ਲਈ ਚਾਹ, ਇੱਕ ਵਾਰ ਪੀ ਕੇ ਦੇਖੋ ਮਨ ਜੋਗੀ। ਹੋ ਚੱਲ ਤੂੰ ਲਿਆ ਦੇ ਚਾਹ, ਮੈਂ ਹੁਣੇ ਲੈ ਕੇ ਆਈ। ਓਹੋ ਜੀਜੂ ਇਲਾਇਚੀ ਤਾਂ ਖਤਮ ਹੈ, ਤੁਸੀਂ ਇੱਕ ਕੰਮ ਕਰੋ ਬਾਜ਼ਾਰੋਂ ਇਲਾਇਚੀ ਲੈ ਕੇ ਆਓ। ਇਹ ਪਾਗਲ, ਇਲਾਇਚੀ ਮੇਰੀ ਮੰਮੀ ਦਾ ਨਾਮ ਹੈ, ਵੱਡਿਆਂ ਦਾ ਨਾਮ ਨਹੀਂ ਲਈਦਾ। ਓਹੋ ਫਿਰ ਤੁਸੀਂ ਇੱਕ ਕੰਮ ਕਰੋ, ਤੁਸੀਂ ਆਪਣੀ ਮੰਮੀ ਲਿਆਓ ਬਾਜ਼ਾਰੋਂ ਜਾ ਕੇ। ਯਾਰ ਤੂੰ ਇੱਕ ਕੰਮ ਕਰ, ਇਲਾਇਚੀ ਤੋਂ ਬਿਨਾਂ ਹੀ ਚਾਹ ਲਿਆ। ਚਲੋ ਫਿਰ ਮੈਂ ਹੁਣੇ ਲੈ ਕੇ ਆਈ। ਚਾਹ ਬੜੀ ਸਵਾਦ ਬਣਾਈ ਯਾਰ, ਮੈਂ ਤਾਂ ਅੱਜ ਤੱਕ ਇਹ ਚਾਹ ਹੀ ਨਹੀਂ ਪੀਤੀ। ਓਕੇ ਥੈਂਕ ਯੂ ਜੀਜੂ। ਹਾਂ ਹਾਂ ਤੁਸੀਂ ਕਦੋਂ ਪੀਤੀ ਹੈ ਇੰਨੀ ਸਵਾਦ ਚਾਹ? ਕਿਤੇ ਮੈਨੂੰ ਤਾਂ ਬਣਾਉਣੀ ਹੀ ਨਹੀਂ ਆਉਂਦੀ। ਸੁਣਿਓ ਮੈਂ ਨਵਾਂ ਸੂਟ ਪਾਇਆ ਅੱਜ, ਕਿਹੋ ਜਿਹਾ ਲੱਗਦਾ? ਹਾਂ ਠੀਕ ਲੱਗ ਰਿਹਾ। ਓ ਨੋ, ਜੀਜੂ ਮੇਰਾ ਸੂਟ ਕਿਹੋ ਜਿਹਾ ਲੱਗ ਰਿਹਾ? ਵਾਹ ਵੀ ਵਾਹ, ਬਹੁਤ ਸੋਹਣਾ ਲੱਗ ਰਿਹਾ ਸੂਟ ਤੇਰੇ ਤੇ, ਇਹ ਬਹੁਤ ਜੱਜ ਰਹੀ ਸੂਟ ਚ। ਸੋਹਣਾ ਲੱਗ ਰਿਹਾ ਨਾ? ਬਹੁਤ। ਆਪਾਂ ਬਾਜ਼ਾਰ ਚੱਲਣਾ ਹੁਣੀ, ਵੀਰ ਲਈ ਰੱਖੜੀਆਂ ਲੈ ਕੇ ਆਉਣੀਆਂ ਨੇ,
ਤਿਆਰ ਹੋ ਜਾਓ। ਉਹ ਲੈ ਲੈ ਲੈ, ਮੈਂ ਵਿਹਲਾ ਨਹੀਂ ਹੈਗਾ ਯਾਰ, ਜਿਸ ਟਾਈਮ ਵਿਹਲਾ ਨੂੰ ਦਵਾ ਲਊਂਗਾ। ਤੂੰ ਇੱਕ ਕੰਮ ਕਰ, ਰਿਕਸ਼ੇ ਤੇ ਚੱਲ ਜਾ। ਤੁਸੀਂ ਨਾ ਕਦੇ ਕੁਛ ਕਰਿਓ। ਜੀਜੂ ਮੈਨੂੰ ਬਾਜ਼ਾਰ ਲੈ ਜਾਓ, ਰੱਖੜੀਆਂ ਲੈ ਕੇ ਮੇਰੇ ਕੋਲ ਜਾਣਾ। ਅੱਛਾ, ਤੂੰ ਚੱਲ ਮੇਰੇ ਨਾਲ ਹੀ ਚੱਲ ਪੈ, ਤੇ ਰੱਖੜੀਆਂ ਬਣਾਉਣ ਤੋਂ ਬਾਅਦ ਹੀ ਮੈਂ ਕੰਮ ਤੇ ਚੱਲ ਜਾਊਂਗਾ। ਚਲੋ ਚੱਲੀਏ ਫਿਰ। ਚੱਲ ਚੱਲੀਏ। ਕੁਛ ਕਰੀਏ ਨਸ ਨਸ ਮੇਰੀ ਖੋਲੇ, ਹਾਏ ਕੁਛ ਕਰੀਏ। ਦੀਦੀ ਓਕੇ, ਜੀਜੂ ਮੈਂ ਚੱਲ ਰਹੀ ਹਾਂ। ਓਕੇ ਜੀ। ਸ਼ੁਕਰ ਹੈ ਪੂਤਨੀ ਚਲੀ ਗਈ, ਮੇਰੀ ਤਾਂ ਕਦਰ ਹੀ ਮਾਰਦੀ ਸੀ ਇਹਨੇ। ਭਗਵਾਨ ਨੇ ਚਾਹ ਲਿਆ ਦੇ, ਮੇਰੀ ਯਾਦ ਕਿਹੜੀ ਚਾਹ? ਮੈਨੂੰ ਕੋਈ ਨੀ ਚਾਹ ਬਣਾਉਣੀ ਆਉਂਦੀ, ਉਸੇ ਤੋਂ ਹੀ ਪੀਓ ਜਿਹਦੀ ਤੁਹਾਨੂੰ ਸਵਾਦ ਲੱਗਦੀ ਸੀਗੀ। ਉਹ ਲੈ ਲੈ, ਉਹ ਮੈਂ ਤਾਂ ਮਜ਼ਾਕ ਕਰਦਾ ਸੀ ਯਾਰ, ਤੂੰ ਤਾਂ ਐਵੇਂ ਸੀਰੀਅਸ ਲੈ ਗਈ, ਨਾਲੇ ਉਹਦੀ ਤਾਰੀਫ ਕਰਨ ਵਾਲਾ ਅਗਲੀ ਦਾ ਮਨ ਖੁਸ਼ ਹੁੰਦਾ ਸੀ ਨਿਆਣੀ ਦਾ, ਹੋਰ ਕੋਈ ਗੱਲ ਨਹੀਂ ਸੀ ਅਸੀਂ। ਹਾਂ ਹਾਂ, ਦੂਜਿਆਂ ਦਾ ਹੀ ਮਨ ਖੁਸ਼ ਕਰਨਾ, ਮੈਨੂੰ ਕਦੇ ਖੁਸ਼ ਨਾ ਕਰਨਾ। ਉਹ ਚੱਲ ਚਾਹ ਤਾਂ ਲਿਆ ਦੇ। ਜਾਨੀਆਂ ਜਾਨੀਆਂ। ਉਹ ਅੱਛਾ ਸੁਣ, ਉਹ ਹੁਣ ਕਦੋਂ ਉਤਰੀ ਪੈਣ ਵੈਸੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ, ਅਤੇ ਕਮੈਂਟਾਂ ਵਿੱਚ ਦੱਸੋ ਯਾਰ ਵੀਡੀਓ ਕਿਹੋ ਜਿਹੀ ਲੱਗੀ। ਫਨੀ ਵੀਡੀਓ ਬਣਾਈ ਹੈ, ਹੋਪਸ ਤੁਹਾਨੂੰ ਪਸੰਦ ਆਊਗੀ। ਬਾਕੀ ਕਮੈਂਟਾਂ ਵਿੱਚ ਜ਼ਰੂਰ ਦੱਸੋ ਤੁਹਾਨੂੰ ਕਿਹੋ ਜਿਹੀ ਲੱਗੀ, ਅਤੇ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਬੈੱਲ ਆਈਕਨ ਵੀ ਦੱਬ ਲਿਓ, ਅਤੇ ਬੈੱਲ ਆਈਕਨ ਨੂੰ ਆਲ 'ਤੇ ਕਰ ਲਓ, ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ, ਸ਼ੇਅਰ ਇੰਨਾ ਕਰੋ, ਇੰਸਟਾ ਸਟੋਰੀਆਂ ਪਾਓ, ਵਟਸਐਪ ਸਟੋਰੀਆਂ ਪਾਓ, ਦਿਖਾਓ ਕਿੰਨਾ ਕੁ ਪਿਆਰ ਕਰਦੇ ਹੋ। ਲਵ ਯੂ।